ਕਾਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਟਰੰਪ ਹਮਾਇਤਿਆਂ ਵੱਲੋਂ ਆਉਂਦੀ ਕਿਸੇ ਸੰਭਾਵੀ ਹੋਰ ਵੱਡੀ ਘਟਨਾ ਦੇ ਅੰਦੇਸ਼ੇ ਨੂੰ ਲੈ ਕੇ ਹੋਰ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਨੇ ਇਹ ਜਿਹੜੀਆਂ ਸੜਕਾਂ ਕੱਲ ਤੱਕ ਖੁੱਲੀਆਂ ਸਨ ਹੁਣ FBI ਦੀ ਰਿਪੋਰਟ ਆਉਣ ਤੋਂ ਬਾਅਦ ਕਿ ਆਉਂਦੇ ਦਿਨਾਂ ਦੇ ਵਿੱਚ ਟਰੰਪ ਹਮਾਇਤੀ ਕਿਸੇ ਹੋਰ ਸੰਭਾਵੀ ਰੋਸ ਵਿਖਾਵੇ ਦੇ ਵਿੱਚ ਹਥਿਆਰਬੰਦ ਹੋ ਕੇ ਕੋਈ ਨਵੀਂ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਉਹਦੇ ਬਾਰੇ ਹੁਣ ਸੁਰੱਖਿਆ ਪ੍ਰਬੰਧ ਵਾਸ਼ਿੰਗਟਨ ਡੀਸੀ ਦੇ ਵਿੱਚ ਬੇहद ਸਖਤ ਕਰ ਦਿੱਤੇ ਗਏ ਨੇ ਤੁਹਾਨੂੰ ਇਸ ਜਗ੍ਹਾ ਤੇ ਓਨਲੀ ਲਗਾਤਾਰ ਲੰਮਾ ਪੈੰਡਾ ਪੈਦਲ ਚੱਲ ਕੇ ਆਉਣਾ ਪੈਂਦਾ ਹੈ ਜਦੋਂ ਕਿ ਕੱਲ ਤੱਕ ਹੀ ਰਸਤੇ ਖੁੱਲੇ ਹੋਏ ਸਨ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਐਫਬੀਆਈ ਦੀ ਇਹ ਰਿਪੋਰਟ ਅੱਜ ਆਈ ਹੈ ਇਸ ਤੋਂ ਪਹਿਲਾਂ ਹੀ ਪੀਟੀਸੀ ਨੇ ਇਹ ਰਿਪੋਰਟ ਆਪਣੇ ਤੌਰ ਤੇ ਦਿੱਤੀ ਸੀ ਕਿ ਨਾ ਸਿਰਫ ਵਾਸ਼ਿੰਗਟਨ ਡੀਸੀ ਦੇ ਵਿੱਚ ਹੀ ਬਲਕਿ ਅਮਰੀਕਾ ਦੇ ਲਗਭਗ 50 ਸੂਬਿਆਂ ਦੇ ਵਿੱਚ ਹੀ ਅਜਾਈਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ 트럼ਪ ਹਮੇਤੀ ਵੱਡੀ ਗਿਣਤੀ ਦੇ ਵਿੱਚ ਮੁੜ ਅਜੇ ਰੋਸ ਵਿਖਾਵੇ ਕਰ ਸਕਦੇ ਨੇ ਹੁਣ ਜਦੋਂ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਜਾਇਜ਼ਾ ਲੈ ਰਹੇ ਹਾਂ ਤਾਂ ਮੈਂ ਕੁਝ ਤਸਵੀਰਾਂ ਤੁਹਾਡੇ ਨਾਲ ਇਹਦੇ ਬਾਰੇ ਸਾਂਝੀਆਂ ਵੀ ਕਰਨੀਆਂ ਚਾਹਾਂਗਾ ਕੱਲ ਤੱਕ ਇੱਥੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਜਿਹੜੇ ਇਹ ਨੈਸ਼ਨਲ ਗਾਰਡ ਮੌਜੂਦ ਨੇ ਅੱਜ ਇਹਨਾਂ ਦੀ ਗਿਣਤੀ ਕਾਫੀ ਵਧਾ ਦਿੱਤੀ ਗਈ ਹੈ ਇਹਦਾ ਕਾਰਨ ਕੀ ਆ ਅਸੀਂ ਇਹ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣੇ ਚਾਹਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜੀਆਂ ਤਾਜ਼ਾ ਜਿਨ੍ਹਾਂ ਦੀ ਪੁਸ਼ਟੀ FBI ਨੇ ਅੱਜ ਕੀਤੀ ਹੈ ਉਹਦੇ ਵਿੱਚ ਇਹ ਸਿਰਫ ਨਹੀਂ ਹੈਗਾ ਕਿ ਟਰੰਪ ਹਮੈਤੀ ਮੁਰ ਰੋਸ ਵਿਖਾਵਾ ਕਰ ਸਕਦੇ ਨੇ ਬਲਕਿ ਇਹਦੇ ਵਿੱਚ ਇੱਕ ਅਹਿਮ ਗੱਲ ਸਾਹਮਣੇ ਆਈ ਹੈ ਕਿ ਹੁਣ ਟਰੰਪ ਹਮੈਤੀ ਉਸ ਤੋਂ ਵੀ ਵੱਡੀ ਤਿਆਰੀ ਦੇ ਨਾਲ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਔਰ ਇਸ ਲਈ ਜਿਹੜੇ ਲਾਅ ਮੇਕਰ ਨੇ ਇਸ ਵੇਲੇ ਯੂਐਸ ਕੈਪੀਟਲ ਦੇ ਉੱਪਰ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਸੁਰੱਖਿਆ ਏਜੰਸੀਆਂ ਨੇ ਤੇ ਇਹਨਾਂ ਨੇ ਇਹਨਾਂ ਲਾਅ ਮੇਕਰਸ ਨੂੰ ਹੁਣ ਇੱਕ ਆਪਸ਼ਨ ਦਿੱਤੀ ਹੈ ਕਿ ਇਹ ਲਾਅ ਮੇਕਰ ਆਪਣੀ ਸੈਲਫ ਸਿਕਿਉਰਿਟੀ ਦੇ ਅਰੇਂਜਮੈਂਟ ਕਰ ਸਕਦੇ ਨੇ ਇਹ ਸਿਰਫ ਦ੍ਰਿਸ਼ ਅਸੀਂ ਤੁਹਾਨੂੰ ਵਾਸ਼ਿੰਗਟਨ ਡੀਸੀ ਦੇ ਯੂਐਸ ਕੈਪੀਟਲ ਤੋਂ ਦਿਖਾ ਰਹੇ ਆ ਇਸ ਦਾ ਇਸ ਸੁਰੱਖਿਆ ਪ੍ਰਬੰਧਨ ਦੇ ਵਿੱਚ ਹੋਰ ਜ਼ਿਆਦਾ ਪੁਖਤਾ ਪ੍ਰਬੰਧ ਕਰਨ ਦੇ ਵਿੱਚ ਇੱਕ ਅਹਿਮ ਗੱਲ ਆ ਜੇ ਵੀ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਪਿਛਲੇ ਕੁਝ ਦਿਨਾਂ ਤੋਂ ਆਪਣੇ ਸੋਸ਼ਲ ਮੀਡੀਆ ਦੇ ਬੈਨ ਹੋਣ ਕਾਰਨ ਨਿਇਠੇ ਹੋਏ ਪਏ ਨੇ ਹੁਣ ਅੱਜ ਉਹ ਮੋਡ ਵਾਈਟ ਹਾਊਸ ਦੇ ਵਿੱਚੋਂ ਬਾਹਰ ਨਿਕਲੇ ਨੇ ਔਰ ਉਹਨਾਂ ਨੇ ਟੈਕਸਸ ਦੇ ਵਿੱਚ ਜਿਹੜੀ ਬਾਰਡਰ ਵਾਲ ਬਣਾਈ ਸੀ ਉਹਦੀ ਇਨਸਪੈਕਸ਼ਨ ਕਰਨ ਗਏ ਨੇ ਕਿਉਂਕਿ 트ੰਪ ਸਮਝਦੇ ਨੇ ਕਿ ਇਹ ਉਹਨਾਂ ਦੀ ਇੱਕ ਲੈਗਸੀ ਹੈ ਹੁਣ ਜਦੋਂ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਅੱਜ ਮੀਡੀਆ ਨੂੰ ਮੁਖਾਤਬ ਕੀਤਾ ਹੈ ਐਂਡਰੀਓ ਰਿਪੋਰਟ ਤੋਂ ਤਾਂ ਉਹਨਾਂ ਨੇ ਉੱਥੇ ਇਹ ਗੱਲ ਦੁਹਰਾਈ ਹੈ ਕਿ ਮੇਰੀ ਕਿਸੇ ਵੀ ਸਪੀਚ ਦੇ ਵਿੱਚ ਅਜਿਹੀ ਇਹਨਾਂ ਲੋਕਾਂ ਨੂੰ ਉਕਸਾਉਣ ਵਾਲੀ ਕੋਈ ਗੱਲ ਨਹੀਂ ਸੀ ਔਰ ਨਾ ਹੀ ਮੈਂ ਇਹਦੇ ਲਈ ਕੋਈ ਮੈਨੂੰ ਪੁਸ਼ਤਾਵਾ ਹੈ ਜੋ ਕੁਛ ਵੀ ਇੱਥੇ ਵਾਪਰਿਆ ਇਨਡਾਇਰੈਕਟਲੀ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਯੂਐਸ ਕੈਪੀਟਲ ਤੇ ਹੋਈਆਂ ਘਟਨਾਵਾਂ ਦੁਖਦਾਇਕ ਨੇ ਪਰ ਅੱਜ ਉਹਨਾਂ ਦੀ ਟੋਨ ਦੁਬਾਰਾ ਬਦਲੀ ਹੋਈ ਸੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਧਾਰਾ 25 ਤਹਿਤ ਜੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤੇ ਉਹਨਾਂ ਦਾ ਜਵਾਬ ਸੀ ਕਿ ਇਸ ਲਈ ਸ਼ਾਇਦ ਅਮਰੀਕਾ ਨੂੰ ਵੱਡਾ ਮੁੱਲ ਚਕਾਉਣਾ ਪੈ ਸਕਦਾ ਹੈ ਸੁਖਪਾਲ ਸਿੰਘ ਤਨਵਾ पी सी न्यूज यू एस कॅपिटल तो